ਐਲਪੀਜੀ ਸਿਲੰਡਰ ਹੋਇਆ ਮਹਿੰਗਾ। ਐਲਪੀਜੀ ਦੀਆਂ ਨਵੀਆਂ ਦਰਾਂ 1 ਸਤੰਬਰ ਨੂੰ ਜਾਰੀ ਕੀਤੀਆਂ ਗਈਆਂ ਨੇ ਤੇ ਦਿੱਲੀ ਤੋਂ ਪਟਨਾ ਅਤੇ ਅਹਿਮਦਾਬਾਦ ਤੋਂ ਅਗਰਤਲਾ ਤੱਕ ਐਲਪੀਜੀ ਗੈਸ ਸਿਲੰਡਰ ਹੋਇਆ ਮਹਿੰਗਾ। ਅਤੇ ਹਾਲਾਂਕਿ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਇਹ ਵਾਧਾ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਦੇ ਵਿੱਚ ਵਾਧਾ ਹੋਇਆ। ਦਿੱਲੀ ਦੇ ਵਿੱਚ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 39 ਰੁਪਏ ਵੱਧ ਕੇ 1691.50 ਰੁਪਏ ਹੋ ਗਈ ਹੈ। ਪਹਿਲਾਂ ਇਹ ਕੀਮਤ 1652.50 ਰੁਪਏ ਸੀ ਅਤੇ ਇਸ ਦੇ ਨਾਲ ਹੀ 1 ਸਤੰਬਰ ਤੋਂ ਕੋਲਕਾਤਾ ਦੇ ਵਿੱਚ 19 ਕਿਲੋ ਵਾਲਾ ਐਲਪੀਜੀ ਸਿਲੰਡਰ ਦੀ ਕੀਮਤ 1802.50 ਰੁਪਏ ਹੋ ਗਈ ਹੈ ਅਤੇ ਪਹਿਲਾਂ ਇਸ ਦੀ ਕੀਮਤ 1764.50 ਰੁਪਏ ਸੀ। ਹੁਣ ਇਹ ਨੀਲਾ ਸਿਲੰਡਰ ਮੁੰਬਈ ਦੇ ਵਿੱਚ 1644 ਦਾ ਹੋ ਗਿਆ। ਪਹਿਲਾਂ ਇਹ 1605 ਰੁਪਏ ਦਾ ਸੀ, ਜਦਕਿ ਚੇਨਈ ਦੇ ਵਿੱਚ 1800 ਇਸ ਦੀ ਕੀਮਤ 1855 ਹੋ ਗਈ ਹੈ, ਜੋ ਕਿ ਅਗਸਤ ਦੇ ਵਿੱਚ 1817 ਰੁਪਏ ਦੇ ਵਿੱਚ ਮਿਲਦਾ ਸੀ। ਇੰਡੀਅਨ ਆਇਲ ਦੇ ਇੰਡੀਅਨ ਐਲ ਪੀ ਜੀ ਸਿਲੰਡਰਾਂ ਦੀ ਦਰਾਂ ਹਨ ਅਤੇ ਦਿੱਲੀ ਦੇ ਵਿੱਚ 14.2 ਕਿਲੋਗ੍ਰਾਮ ਵਾਲੇ ਘਰੇਲੂ ਐਲ ਪੀ ਜੀ ਸਿਲੰਡਰ ਇਸ ਦੀ ਕੀਮਤ ਪੁਰਾਣੀ ਕੀਮਤ 803 ਰੁਪਏ ਦੇ ਵਿੱਚ ਹੀ ਉਪਲਬਧ ਹੈ। ਇਹ ਕੋਲਕਾਤਾ ਦੇ ਵਿੱਚ 829 ਰੁਪਏ, ਮੁੰਬਈ ਦੇ ਵਿੱਚ 802 ਰੁਪਏ ਦੇ ਵਿੱਚ ਉਪਲਬਧ ਹੈ। ਅੱਜ ਵੀ ਚੇਨਈ ਦੇ ਵਿੱਚ ਘਰੇਲੂ ਸਿਲੰਡਰ ਦੀ ਅਗਸਤ ਦੀ ਕੀਮਤ 818.50 ਰੁਪਏ ਤੇ ਹੀ ਮਿਲ ਰਿਹਾ। ਪਿਛਲੇ ਸਾਲ 1 ਸਤੰਬਰ ਨੂੰ ਦਿੱਲੀ ਦੇ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ 903 ਰੁਪਏ ਸੀ, ਫਿਲਹਾਲ ਇਹ ਸਿਰਫ 803 ਰੁਪਏ ਦੇ ਵਿੱਚ ਉਪਲਬਧ ਹੈ। ਅਤੇ ਸਤੰਬਰ 2022 ਦੇ ਵਿੱਚ ਦਿੱਲੀ ਦੇ ਵਿੱਚ ਘਰੇਲੂ ਐਲ ਪੀ ਜੀ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਸੀ ਹੋਇਆ ਅਤੇ 14.2 ਕਿਲੋ ਵਾਲੇ ਐਲ ਪੀ ਜੀ ਸਿਲੰਡਰ ਦੀ ਦਿੱਲੀ ਦੇ ਵਿੱਚ ਕੀਮਤ 1053 ਰੁਪਏ, ਕੋਲਕਾਤਾ ਦੇ ਵਿੱਚ 1079 ਰੁਪਏ, ਚੇਨਈ ਦੇ ਵਿੱਚ 1052 ਰੁਪਏ ਅਤੇ ਮੁੰਬਈ ਦੇ ਵਿੱਚ 1068 ਰੁਪਏ ਦੇ ਵਿੱਚ ਉਪਲਬਧ ਸੀ। ਹਾਲਾਂਕਿ 1 ਸਤੰਬਰ 2021 ਨੂੰ ਦਿੱਲੀ ਦੇ ਖਪਤਕਾਰਾਂ ਲਈ ਸਿਲੰਡਰ 25 ਰੁਪਏ ਮਹਿੰਗਾ ਹੋ ਗਿਆ ਅਤੇ 884.50 ਰੁਪਏ ਦਾ ਹੋ ਗਿਆ। ਇਸ ਤੋਂ ਪਹਿਲਾਂ 1 ਸਤੰਬਰ 2020 ਨੂੰ ਇਹ ਇਸਦੀ ਜਿਹੜੀ ਕੀਮਤ ਹੈ 594 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਸੀ ਅਤੇ ਸਤੰਬਰ 2019 ਦੇ ਵਿੱਚ ਉਸੇ ਸਿਲੰਡਰ ਦੀ ਕੀਮਤ 590 ਰੁਪਏ ਸੀ, ਜਦੋਂ ਕਿ 2018 ਦੇ ਵਿੱਚ ਇਸਦੀ ਕੀਮਤ 820 ਰੁਪਏ ਸੀ। ਸਤੰਬਰ 2017 ਦੇ ਵਿੱਚ ਸਭ ਤੋਂ ਵੱਧ 599 ਅਤੇ 2016 ਦੇ ਵਿੱਚ ਸਭ ਤੋਂ ਘੱਟ 466.50 ਰੁਪਏ ਦਾ ਸੀ।